ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਪੁਲਿਸ ਵੀ ਹੁਣ ਸਵਾਲਾਂ ਦੇ ਘੇਰੇ ਚ ਘਿਰਦੀ ਵਿਖਾਈ ਦੇ ਰਹੀ ਹੈ। ਜੀ ਹਾਂ, ਸਨੌਰ ਥਾਣੇ ਚ ਇੱਕ ਸ਼ਖਸ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪੁਲਿਸ ਦੇ ਨਾਲ ਨਾਲ ਨਿੱਜੀ ਬੰਦਿਆਂ ਵੱਲੋਂ ਵੀ ਡੰਡੇ ਚਲਾਏ ਗਏ। ਰਿਵਾਲਵਰ ਦਾ ਬੱਟ ਮਾਰ ਕੇ ਪੀੜਤ ਦੇ ਕੰਨ ਦਾ ਪਰਦਾ ਪਾੜ ਦਿੱਤਾ ਗਿਆ। ਅਜਿਹੇ ਇਲਜ਼ਾਮ ਲੱਗ ਰਹੇ ਨੇ ਪੁਲਿਸ ਦੇ ਉੱਪਰ। ਪੁਲਿਸ ਨੇ ਫਿਲਹਾਲ ਇਲਜ਼ਾਮਾਂ ਨੂੰ ਥਾਨਕਾਰ ਦਿੱਤਾ, ਪਰ ਹਸਪਤਾਲ ਦੇ ਬੈੱਡ ਤੇ ਪਿਆ ਹੈ ਸ਼ਖਸ ਫਿਲਹਾਲ, ਜੋ ਆਪਣੀ ਹੱਡ ਬੀਤੀ ਬਿਆਨ ਕਰ ਰਿਹਾ। ਉਹ ਪੁਲਿਸ ਦੇ ਵਹਿਸ਼ੀਆਨਾ ਢੰਗ ਨੂੰ ਦਰਸਾਉਂਦੀ ਹੋਈ ਵਿਖਾਈ ਦੇ ਰਹੀ ਹੈ। ਹੋ ਸਕਦਾ ਹੈ ਇਸ ਸ਼ਖਸ ਦੀ ਜ਼ੁਬਾਨ ਕੁਝ ਝੂਠ ਬੋਲ ਵੀ ਦੇਵੇ, ਪਰ ਜਿਹੜੇ ਸੱਟ, ਜਿਹੜੇ ਜ਼ਖਮਾਂ ਦੇ ਨਿਸ਼ਾਨ ਇਸ ਪੀੜਤ ਦੇ ਸਰੀਰ ਤੇ ਨੇ, ਉਹ ਝੂਠ ਨਹੀਂ ਬੋਲ ਸਕਦੇ। ਮੁੱਖ ਮੰਤਰੀ ਦਾ ਜ਼ਿਲ੍ਹਾ ਸਨੌਰ ਥਾਣੇ ਦੇ ਅੰਦਰ ਇੱਕ ਸ਼ਖਸ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਪੁਲਿਸ ਵੱਲੋਂ ਕੀਤੀ ਗਈ। ਇੱਥੋਂ ਤੱਕ ਕਿ ਪੁਲਿਸ ਦੇ ਨਾਲ ਨਾਲ ਇੱਕ ਨਿੱਜੀ ਸ਼ਖਸ ਜਾਂ ਫਿਰ ਕੁਝ ਹੋਰ ਨਿੱਜੀ ਸ਼ਖਸ ਸੀ, ਕਿੰਨੇ ਸ਼ਖਸ ਸੀ ਇਸ ਦੀ ਫਿਲਹਾਲ ਤਸਦੀਕ ਹੋਣੀ ਬਾਕੀ, ਪਰ ਨਿੱਜੀ ਬੰਦਿਆਂ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਥਾਣੇ ਦੇ ਅੰਦਰ ਇਸ ਸ਼ਖਸ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ। ਕੁੱਟ ਕੁੱਟ ਕੇ ਉਹਨੂੰ ਹਸਪਤਾਲ ਦੇ ਬੈੱਡ ਤੇ ਪਹੁੰਚਾ ਦਿੱਤਾ ਗਿਆ। ਰਿਵਾਲਵਰ ਦਾ ਬੱਟ ਮਾਰ ਕੇ ਪੀੜਤ ਦੇ ਕੰਨ ਦਾ ਪਰਦਾ ਵੀ ਪਾੜ ਦਿੱਤਾ ਗਿਆ। ਤੇ ਤਸਵੀਰਾਂ ਹੁਣ ਤੁਹਾਡੀ ਟੀਵੀ ਸਕਰੀਨ ਤੇ ਤੁਸੀਂ ਵੇਖ ਪਾ ਰਹੇ ਹੋ ਹਸਪਤਾਲ ਦੀਆਂ। ਇਹ ਤਸਵੀਰਾਂ ਜਿੱਥੇ ਇਹ ਸ਼ਖਸ ਇਸ ਵੇਲੇ ਪਿਆ ਹੋਇਆ, ਲਹੂ ਲੁਹਾਨ ਹਾਲਤ 'ਚ ਇਸ ਨੂੰ ਹਸਪਤਾਲ ਲਿਆਂਦਾ ਗਿਆ, ਆਪਣਾ ਇਲਾਜ ਕਰਾ ਰਿਹਾ ਇਹ ਸ਼ਖਸ ਇੱਥੇ। ਤੇ ਹੱਡ ਬੀਤੀ ਬਿਆਨ ਕਰਦਿਆਂ ਇਹ ਖੁਦ ਇਸ ਵੇਲੇ ਡਰਿਆ ਵਿਖਾਈ ਦਿੱਤਾ, ਕਿਉਂਕਿ ਪੁਲਿਸ ਨੇ ਜੋ ਵਤੀਰਾ ਇਸ ਦੇ ਨਾਲ ਥਾਣੇ ਦੇ ਅੰਦਰ ਕੁਝ ਹੋਰ ਲੋਕਾਂ ਦੇ ਨਾਲ ਮਿਲ ਕੇ ਕੀਤਾ, ਉਹ ਵਾਕਿਆ 'ਚ ਇਹ ਦਰਸਾਉਂਦਾ ਹੈ ਕਿ ਥਾਣੇ ਕਿਸ ਢੰਗ ਦੇ ਨਾਲ ਟੋਰਚਰ ਘਰ ਬਣ ਚੁੱਕੇ ਨੇ। ਅਤੇ ਭਾਵੇਂ ਅਪਰਾਧ ਜੋ ਮਰਜ਼ੀ ਹੋਵੇ ਉਹ ਇੱਕ ਦੂਜੀ ਗੱਲ ਹੈ, ਪਰ ਇੱਕ ਸ਼ਖਸ ਦੇ ਨਾਲ ਲੋਕਾਂ ਦੇ ਨਾਲ ਮਿਲ ਕੇ ਅਜਿਹਾ ਵਤੀਰਾ ਕਰਨਾ, ਵਾਕਿਆ 'ਚ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ ਹੈ। ਸਨੌਰ ਹਲਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ।